ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ, ਅੱਜ ਆਪਣੇ ਸਲੂਜਾ ਸਟੋਰ ਤੋਂ ਆਪਣੇ ਸਟੋਰ ਦੇ ਬਾਅਦ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਆਇਆ। ਮੇਰਾ ਸਟੋਰ, ਪਹਿਲੇ ਤਾਂ ਇਹ ਸਮਝ ਲਓ ਕਿ ਮੇਰਾ ਸਟੋਰ ਹੈਗਾ ਘੁਮਾਰ ਮੰਡੀ। ਘੁਮਾਰ ਮੰਡੀ ਮਤਲਬ ਕਿੱਥੇ? ਐਡ ਜੁਆਇਨ ਮਾਈ ਨੰਦਗੌਰ ਗੁਰਦੁਆਰਾ, ਐਡ ਜੁਆਇਨ ਮਾਈ ਨੰਦਗੌਰ ਗੁਰਦੁਆਰਾ। ਮੇਰੇ ਸਟੋਰ ਦੇ ਇਸ ਤਰ੍ਹਾਂ ਲੱਗੀ ਹੋਈ ਹੈ ਸੇਲ, ਇਹ ਤੁਹਾਨੂੰ ਮੈਂ ਦਿਖਾਉਂਦਾ ਘੁਮਾਰ ਮੰਡੀ ਦਾ ਗੁਰਦੁਆਰਾ, ਜਿੱਥੇ ਬਿਲਕੁਲ ਐਡ ਜੁਆਇਨ ਮੇਰਾ ਬਣਿਆ ਹੋਇਆ ਸਟੋਰ, ਮਾਈ ਨੰਦਗੌਰ ਸਾਹਿਬ ਜੀ ਦਾ ਗੁਰਦੁਆਰਾ। ਅਤੇ ਮੈਂ ਤੁਹਾਨੂੰ ਜੋ ਦੇਣਾ, ਇੱਕ ਤਾਂ ਸਾਡੀ ਦੁਕਾਨ 'ਤੇ ਸੇਲ ਲੱਗੀ ਹੋਈ ਹੈ, ਸੇਲ ਦੇ ਪੋਸਟਰ ਵੀ ਲੱਗੇ, ਕਿ ਸਾਡੀ ਸੇਲ ਕਾਮਨ ਨਹੀਂ ਹੁੰਦੀ, ਐਕਸੈਪਸ਼ਨਲ ਹੁੰਦੀ ਹੈ। ਐਕਸੈਪਸ਼ਨਲ ਕਿੱਦਾਂ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਦਾ। ਲੋਕਾਂ ਨੇ ਸੇਲ ਲਾਈ ਹੈ ਕੋਟਨ ਦੇ ਉੱਤੇ, ਜਿਹਦਾ ਕੋਈ ਮਤਲਬ ਨਹੀਂ ਬਣਦਾ। ਕੋਟਨ ਦੀ ਅੱਜ ਤੁਹਾਨੂੰ ਲੋੜ ਨਹੀਂ ਹੈ, ਕੋਟਨ ਤੁਸੀਂ ਬਹੁਤ ਬਾਏ ਕਰ ਚੁੱਕੇ ਹੋ। ਮੈਂ ਤੁਹਾਨੂੰ ਸੇਲ ਦਊਂਗਾ ਡਰੈਸਾਂ ਦੇ ਉੱਤੇ, ਜਿਹਦੀ ਤੁਹਾਨੂੰ ਲੋੜ ਹੈਗੀ ਹੈ ਆਉਣ ਵਾਲੇ ਟਾਈਮ ਵਿੱਚ। ਡਰੈਸਾਂ ਦੀ ਲੋੜ ਕਿਉਂਕਿ ਹੁਣ ਸ਼ੁਰੂ ਹੋ ਗਿਆ ਟਾਈਮ ਫੰਕਸ਼ਨ ਦਾ, ਰੋਕਿਆਂ ਦਾ, ਆਪਣਾ ਰਿੰਗ ਸੈਰੇਮਨੀ ਦਾ ਵੀ ਟਾਈਮ ਸ਼ੁਰੂ ਹੋ ਗਿਆ, ਦੇਖ ਦਿਖਾਈਏ ਦਾ ਵੀ ਟਾਈਮ ਸ਼ੁਰੂ ਹੋ ਗਿਆ। ਤੁਹਾਨੂੰ ਲੋੜ ਹੈ ਇਸ ਟਾਈਮ ਸੋਹਣੀਆਂ ਡਰੈਸਾਂ ਦੀਆਂ, ਐਵੇਂ ਦੇ ਸ਼ਰਾਰੇ ਗਰਾਰੇ, ਐਵੇਂ ਦੇ ਗਾਊਨਸ, ਐਵੇਂ ਦੇ ਅਨਾਰਕਲੀ, ਐਵੇਂ ਦੇ ਹੋਰ ਦੇਖੋ ਜੀ ਪੈਂਪਲਮ ਸਟਾਈਲ, ਔਰ ਐਵੇਂ ਦੇ ਸੈਰੇਮਨੀ ਗਾਊਨਸ। ਮੈਂ ਤੁਹਾਨੂੰ ਫਾਇਦਾ ਦਊਂਗਾ ਡਰੈਸਿਸ ਦੇ ਉੱਤੇ, ਲੋਕ ਦਿੰਦੇ ਨੇ ਕੋਟਨ ਦੇ ਉੱਤੇ, ਮੈਂ ਤੁਹਾਨੂੰ ਦਊਂਗਾ ਆਪਣੇ ਸਟੋਰ ਦੇ ਉੱਤੇ ਬੁਲਾ ਕੇ, ਤੁਹਾਨੂੰ ਦਿਖਾਊਂਗਾ ਇੱਕ ਇੱਕ ਚੀਜ਼। ਨਵੀਆਂ ਤੋਂ ਨਵੇਂ ਕਲੈਕਸ਼ਨ ਆ ਗਏ ਹੈ, ਤੁਹਾਡੇ ਮਤਲਬ ਦੀਆਂ ਚੀਜ਼ਾਂ ਆਈਆਂ ਨੇ ਸਾਡੇ ਕੋਲ, ਤੁਸੀਂ ਦੇਖੋਗੇ ਤੁਹਾਨੂੰ ਅਲਟੀਮੇਟ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਹੋਰ ਮਿਲੇਗਾ ਤੁਹਾਨੂੰ ਬੈਸਟ ਡਿਸਕਾਊਂਟ ਜੋ ਤੁਹਾਨੂੰ ਲੁਧਿਆਣੇ ਦੀ ਕਿਸੇ ਮਾਰਕੀਟ 'ਚ ਨਹੀਂ ਮਿਲ ਸਕਦਾ। ਇਹ ਦੇਖੋ ਤੁਸੀਂ ਮੇਰਾ ਸਟੋਰ 'ਤੇ ਆ ਕੇ ਤੁਹਾਨੂੰ ਮਜ਼ਾ ਆਏਗਾ, ਇੱਕ ਇੱਕ ਚੀਜ਼ ਦੇਖ ਕੇ, ਇੱਕ ਇੱਕ ਵਰਾਇਟੀ ਦੇਖ ਕੇ, ਤੁਹਾਨੂੰ ਇੱਕ ਇੱਕ ਕਲੈਕਸ਼ਨ ਦੇਖ ਕੇ, ਇਹ ਵਰਾਇਟੀ ਦੇਖ ਸਕਦੇ ਹੋ, ਡਿਜ਼ਾਇਨਸ ਦੇਖ ਸਕਦੇ ਹੋ, ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਨਾਲ ਲੈ ਸਕਦੇ ਹੋ। ਮੇਰੇ ਕੋਲ ਡਰੈਸਾਂ ਦੇ ਉੱਪਰ ਹਰ ਤਰੀਕੇ ਦੀ, ਪਹਿਲੀ ਗੱਲ ਤਾਂ ਤੁਸੀਂ ਇਹ ਸਮਝ ਲਓ ਕਿ ਮੇਰੇ ਕੋਲ ਹਰ ਤਰੀਕੇ ਦੀ ਡਰੈਸਿਸ ਹੈਗੀਆਂ ਨੇ, ਘੱਟ ਰੇਟ ਤੋਂ ਲੈ ਕੇ ਹਾਈ ਰੇਂਜ ਤੱਕ। ਇਹ ਮੈਂ ਤੁਹਾਨੂੰ ਜਿਵੇਂ ਦਿਖਾਉਣ ਚੱਲਿਆ, ਇਹ ਅਸੀਂ ਘੱਟ ਰੇਟ ਤੋਂ ਸਟਾਰਟ ਕਰਦੇ ਹਾਂ, ਜਿਹਦੇ 'ਚ ਮੰਮੀ, ਮਾਸੀ ਨਾਲ, ਅਸੀਂ ਸਾਡੀ ਵੱਡੀ ਸਿਸਟਰ, ਸਾਡੀ ਨਨਾਣ ਵੀ ਪਾ ਸਕਦੇ ਨੇ, ਉਹਨਾਂ ਲਈ ਮੈਂ ਤੁਹਾਨੂੰ ਹੋਰ ਬੈਸਟ ਵੀ ਦਿਖਾਊਂਗਾ। ਬਟ ਸ਼ੁਰੂਆਤ ਕਿੱਥੋਂ ਕਰਦੇ ਹਾਂ, ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਕਿ ਸਾਡਾ ਡਿਸਕਾਊਂਟ ਵੈਲਿਊ ਕੀ ਹੈ, ਸਾਡਾ ਡਿਸਕਾਊਂਟ ਲੈਵਲ ਕੀ ਹੈ। ਲੋਕਾਂ ਨੇ ਅਪ ਟੂ 50% ਪਾਇਆ, ਅਪ ਟੂ 60% ਪਾਇਆ। ਅਪ ਟੂ ਦਾ ਮਤਲਬ ਹੁੰਦਾ ਜਦੋਂ ਤੁਸੀਂ ਐਵੇਂ ਦੀਆਂ ਚੀਜ਼ਾਂ ਲੈਂਦੇ ਹੋ ਤਾਂ ਤੁਹਾਨੂੰ ਦਿੰਦੇ ਨੇ 5% ਦਾ ਡਿਸਕਾਊਂਟ। ਨਾ, ਇਹ ਮੂਰਖ ਨਹੀਂ ਬਣਨਾ, ਅਸੀਂ ਤੁਹਾਨੂੰ ਦੇਵਾਂਗੇ ਬੈਸਟ ਡਿਸਕਾਊਂਟ ਪਕੜਨਾ। ਇਹ ਦੇਖੋ ਸਾਡਾ ਰੇਟ ਹੈਗਾ ਜੀ 12,600 ਰੁਪਏ, ਤੁਹਾਨੂੰ ਦੇਵਾਂਗੇ ਜੀ 10,500 ਰੁਪਏ। ਕਿੰਨਾ ਡਿਸਕਾਊਂਟ ਆਇਆ? 2,000 ਰੁਪਏ ਦਾ। 2,000 ਦਾ ਮਤਲਬ ਹੋ ਗਿਆ ਲਗਭਗ 18.5% ਡਿਸਕਾਊਂਟ। ਕਿਹਦੇ ਉੱਤੇ? ਡਰੈਸਾਂ ਦੇ ਉੱਤੇ। ਇਸ ਤੋਂ ਬਾਅਦ ਮੀਡੀਅਮ ਰੇਂਜ ਤੋਂ ਇਲਾਵਾ ਮੈਂ ਤੁਹਾਨੂੰ ਦੇ ਸਕਦਾ ਉੱਚੇ ਤੋਂ ਉੱਚੇ ਹਾਈ ਕਲਾਸ, ਜੈਂਟਰੀ ਕਲਾਸ ਪੀਸ, ਸ਼ਰਾਰੇ ਗਰਾਰੇ ਦੇ, ਡਿਜ਼ਾਈਨਰ ਪੀਸਾਂ ਦੇ, ਨਵੇਂ ਨਵੇਂ ਕਲੈਕਸ਼ਨ ਦੇ ਨਾਲ, ਅਤੇ ਸੋਹਣੇ ਸੋਹਣੇ ਦੁਪੱਟੇ, ਡਿਸਕਾਊਂਟ ਆਫਰ। ਮੈਂ ਤੁਹਾਨੂੰ ਹਰ ਚੀਜ਼ ਦਿਖਾ ਕੇ ਦਊਂਗਾ। ਸਾਡੇ ਦੁਕਾਨ 'ਤੇ ਸਿਸਟਮ ਹੀ ਦੂਜੇ ਤਰੀਕੇ ਦਾ। ਰੇਟ ਦੇਖੋ ਜੀ ਇਹਦਾ 15,799, 15,800 ਦਾ ਮੰਨੋ ਤੁਹਾਨੂੰ ਡਿਸਕਾਊਂਟ ਮਿਲੇਗਾ ਜੀ। 12,800 ਦਾ ਸੂਟ ਪਏਗਾ, ਡਿਸਕਾਊਂਟ ਆ ਗਿਆ ਜੀ 3,000 ਰੁਪਏ ਦਾ। 3,000 ਦਾ ਮਤਲਬ ਹੋ ਗਿਆ 15% ਦਾ ਡਿਸਕਾਊਂਟ। ਇਹ ਤੁਹਾਨੂੰ ਕੋਈ ਵੀ ਨਹੀਂ ਦੱਸੇਗਾ, ਕੋਈ ਵੀ ਨਹੀਂ ਦੇਗਾ। ਕਿਉਂ ਦੇਗਾ? ਤੁਹਾਨੂੰ ਉਹਨਾਂ ਨੇ ਘੁਮਾ ਕੇ ਰੱਖਣਾ ਕੋਟਨ ਦੇ ਸੂਟਾਂ 'ਚ, ਲੈ ਜਾਓ ਜੀ 50% ਲੈ ਜਾਓ ਜੀ। ਮੇਰੇ ਕੋਲ ਆਓ, ਵਰਾਇਟੀ ਦੇਖੋ, ਡਿਜ਼ਾਈਨ ਦੇਖੋ, ਸਪੈਸ਼ਲ ਚੀਜ਼ਾਂ ਲਿਆਓ ਜੀ। ਇੱਕ ਲਹਿੰਗਾ ਚੋਲੀ ਲਿਆਓ, ਇਹ ਦੇਖੋ ਸ਼ਰਾਰੇ ਨੂੰ ਕਿੰਨਾ ਜ਼ਬਰਦਸਤ ਡਿਸਕਾਊਂਟ, ਦੇਖੋਗੇ ਮਜ਼ਾ ਆ ਜਾਏਗਾ। ਭਾਵੇਂ ਮੇਰਾ ਡਿਸਕਾਊਂਟ 15% ਤੋਂ ਲੈ ਕੇ 20% ਹੋਏਗਾ, ਤਾਂ 20% ਹੋਏਗਾ, ਲੇਕਿਨ ਕਿਹੜੀ ਆਈਟਮਾਂ 'ਤੇ ਹੋਏਗਾ? ਹੋਏਗਾ ਡਰੈਸਿਸ ਦੇ ਉੱਤੇ, ਜਿਹਦੀ ਤੁਹਾਨੂੰ ਲੋੜ ਹੈ। ਅਨਨੈਸੈਸਰੀ ਪ੍ਰੋਡਕਟ ਦੇ ਉੱਤੇ ਕੋਈ ਡਿਸਕਾਊਂਟ ਲੈਣ ਦੀ ਲੋੜ ਨਹੀਂ, ਜਿਸ ਮਾਲ ਦੀ ਸਾਨੂੰ ਲੋੜ ਨਹੀਂ ਆਪਾਂ ਬਾਏ ਵੀ ਨਹੀਂ ਕਰਨਾ, ਬਾਏ ਕਰਨਾ ਸਟੈਂਡਰਡ ਉੱਚਾ। ਨਾਲ ਇਹਦੀ, ਇਹ ਦੇਖੋ ਨਾਲ ਇਹਦੀ ਚੁੰਨੀ ਕੰਟਰਾਸਟ। ਮੈਂ ਤੁਹਾਨੂੰ ਜੋ ਦਿਖਾਉਣਾ ਚਾਹੁੰਦਾ, ਮੇਰੀ ਗੱਲ ਤਾਂ ਤੁਸੀਂ ਮੋਟਿਵ ਸਮਝੋ, ਫੋਕਸ ਨੂੰ ਸਮਝੋ, ਕਿ ਡਿਸਕਾਊਂਟ ਸੇਲ ਲਗਾਈਏ,
ਕਿਰਤ ਲਗਾਈਏ ਡਰੈਸਿਸ ਦੇ ਉੱਤੇ, ਲੋਕਾਂ ਨੇ ਕਿਰਤ ਲਾਈ ਹੈ ਕਾਟਨ ਦੇ ਉੱਤੇ, ਕਾਟਨ ਦੀ ਤੁਹਾਨੂੰ ਲੋੜ ਨਹੀਂ, ਲੋੜ ਹੈ ਇਸ ਟਾਈਮ ਰੋਕੇ ਦਾ ਟਾਈਮ ਹੈ, ਖੁਸ਼ੀਆਂ ਦਾ ਟਾਈਮ ਹੈ, ਦੇਖ ਦਿਖਾਈਏ ਦਾ ਟਾਈਮ ਹੈ, ਰਿੰਗ ਸੈਰਾਮਨੀ ਟਾਈਮ ਹੈ, ਤੁਹਾਨੂੰ ਲੋੜ ਹੈ ਡਰੈਸਿਸ ਦੀ, ਅਤੇ ਆਪਾਂ ਕਾਟਨ ਖਰੀਦਣਾ ਕਿਉਂ ਹੈ? ਮੇਰੇ ਕੋਲ ਤੁਸੀਂ ਖਰੀਦੋ ਸੋਹਣੇ ਸੋਹਣੇ, ਮੇਰੇ ਕੋਲੋਂ ਤੁਸੀਂ ਖਰੀਦੋ ਸੋਹਣੇ ਸੋਹਣੇ ਲਹਿੰਗੇ ਸਪੈਸ਼ਲ। ਫਾਲਤੂ ਚੀਜ਼ 'ਤੇ ਪੈਸਾ ਲਗਾਉਣ ਦੀ ਲੋੜ ਹੀ ਨਹੀਂ, ਅੱਛੀ ਚੀਜ਼ਾਂ, ਅੱਛੇ ਸਟਾਈਲਿਸ਼ ਪੀਸਿਸ 'ਤੇ ਪੈਸੇ ਲਗਾਓ, ਅੱਛੀਆਂ ਅੱਛੀਆਂ ਚੀਜ਼ਾਂ ਖਰੀਦੋ, ਅੱਛੇ ਅੱਛੇ ਕਲੈਕਸ਼ਨ ਖਰੀਦੋ। ਕਿੱਥੇ ਆਉਣਾ? ਸਲੂਜਾ 'ਤੇ, ਨੰਬਰ ਮੇਰਾ ਚੱਲਦਾ, ਐਡਰੈਸ ਮੇਰਾ ਚੱਲਦਾ ਸਕਰੀਨ ਦੇ ਉੱਤੇ। ਇਹ ਨਾਲ ਤੁਸੀਂ ਦੇਖੋ ਸੋਹਣਾ ਇੰਟੈਲੀਜੈਂਟ ਸਟਾਈਲਿਸ਼ ਦੁਪੱਟਾ ਬੁਟੀਕਸ ਦੇ ਬਣੇ ਹੋਏ ਕਲੈਕਸ਼ਨ ਦੇ ਨਾਲ, ਕਿੱਥੇ ਆਓਗੇ? ਸਲੂਜਾ 'ਤੇ। ਐਵੇਂ ਦੀ ਚੀਜ਼ਾਂ ਤੁਸੀਂ ਲਓ ਸੇਲ ਦੇ ਅੰਦਰ, ਜੋ ਤੁਹਾਡੀਆਂ ਅੱਜ ਫਾਇਦਾ ਕਰਨਗੀਆਂ ਕੱਲ੍ਹ ਤੁਹਾਡੇ ਕੰਮ ਆਉਣਗੀਆਂ। ਇਹ ਚੀਜ਼ਾਂ ਨੂੰ ਖਰੀਦਣ ਦਾ ਹੀ ਤੁਹਾਨੂੰ ਫਾਇਦਾ ਹੈ। ਐਵੇਂ ਦੇ ਸੋਹਣੇ ਸੋਹਣੇ ਲਹਿੰਗੇ, ਐਵੇਂ ਦੇ ਸੋਹਣੇ ਸੋਹਣੇ ਲਹਿੰਗੇ, ਐਵੇਂ ਸੋਹਣੇ ਸੋਹਣੇ ਕਲਰ, ਮੇਰੇ ਕੋਲ ਡਿਜ਼ਾਇਨ ਅਪਰੰਪਾਰ ਨੇ, ਸਟਾਈਲਿਸ਼ ਦਾ ਢੇਰ ਲੱਗਿਆ ਹੋਇਆ, ਅਣਗਿਣਤ ਡਿਜ਼ਾਇਨ ਮਿਲਣਗੇ ਤੁਹਾਨੂੰ, ਅਣਗਿਣਤ ਕਲੈਕਸ਼ਨ ਮਿਲੇਗਾ, ਅਣਗਿਣਤ ਡਿਜ਼ਾਇਨਸ ਦੇ ਨਾਲ ਕਲਰ ਵੀ ਅਣਗਿਣਤ ਮਿਲਣਗੇ। ਤੁਸੀਂ ਸਾਡੀ ਚੀਜ਼ਾਂ ਦੇਖੋ, ਜੋ ਚੀਜ਼ ਦੀ ਲੋੜ ਹੈ ਸੇਲ ਵਿੱਚ ਉੱਥੇ ਹੀ ਪੈਸਾ ਤੁਸੀਂ ਲਗਾਉਣਾ, ਕੁਛ ਵੀ ਐਕਸਟਰਾ ਨਹੀਂ ਖਰੀਦਣਾ, ਕਾਟਨ ਦੇ ਉੱਪਰ ਪੈਸਾ ਨਹੀਂ ਬਰਬਾਦ ਕਰਨਾ, ਲੋਕਾਂ ਦੇ ਕੋਲ ਜਾ ਕੇ ਪੈਸੇ ਨਹੀਂ ਵਟਾਉਣੇ, ਜਿਹਨੂੰ ਤੁਸੀਂ ਮਾੜੀ ਚੀਜ਼ ਲੈ ਜਾ ਕੇ ਬਾਅਦ ਨੂੰ ਪਛਤਾਉਣਾ, ਉਸ ਤੋਂ ਅੱਛਾ ਤੁਸੀਂ ਉਹ ਚੀਜ਼ ਲਓ ਜੋ ਤੁਹਾਡੇ ਅੱਜ ਦੀ ਹੁਣ ਕੱਲ੍ਹ ਦੇ ਕੰਮ ਦੀ ਹੈ। ਐਵੇਂ ਦੀਆਂ ਸੋਹਣੀਆਂ ਸੋਹਣੀਆਂ ਅਨਾਰਕਲੀਆਂ ਮੰਮੀ, ਐਵੇਂ ਦੀਆਂ ਸੋਹਣੀਆਂ ਸੋਹਣੀਆਂ ਅਨਾਰਕਲੀ ਮੰਮੀ ਲਈ, ਮਾਸੀ ਲਈ, ਜੋ ਕਿ ਅੱਛੀ ਡਰੈਸਸ ਪਾਉਣਾ ਚਾਹੁੰਦੇ ਨੇ ਬਟ ਕਵਰਡ ਵੀ ਹੋਣੀ ਚਾਹੀਦੀਆਂ ਨੇ, ਸਟਾਈਲ ਵੀ ਹੋਣਾ ਚਾਹੀਦਾ, ਨਿਊ ਕੰਬੀਨੇਸ਼ਨ ਵੀ ਹੋਣੀ ਚਾਹੀਦਾ ਨੇ, ਕਿੱਥੇ ਮਿਲਣਗੀਆਂ? ਸਲੂਜਾ 'ਤੇ। ਐਵੇਂ ਦੀ ਡਰੈਸਸ ਆਓ ਲੈਣ ਵਾਸਤੇ, ਤੁਹਾਨੂੰ ਅਹਿਸਾਸ ਹੋਏਗਾ ਕਿ ਕਿਆ ਚੀਜ਼ ਮਿਲੀ ਹੈ ਮੈਨੂੰ ਸਲੂਜਾ ਤੋਂ। ਨਾਲ ਮਿਲਿਆ ਡਿਸਕਾਊਂਟ, ਸਾਡੇ ਤਾਂ ਡਿਸਕਾਊਂਟ ਦਾ ਕੋਈ ਧੋਖਾ ਨਹੀਂ ਹੈਗਾ, ਸਾਡੇ ਹਰ ਜਗ੍ਹਾ ਰੇਟ ਲਿਖਿਆ ਹੋਇਆ ਜੀ, ਜਿਵੇਂ ਦੇਖੋ ਜੀ 19,500 ਰੇਟ ਲਿਖਿਆ ਹੋਇਆ, ਤੁਹਾਨੂੰ ਡਿਸਕਾਊਂਟ ਕਰਕੇ ਸਾਡੇ ਕੋਲ ਮਿਲੇਗਾ 16,500 ਦਾ। ਡਿਸਕਾਊਂਟ ਕਿੰਨਾ ਆਇਆ? 3,000 ਰੁਪਏ ਪਰ ਪੀਸ। ਤੁਸੀਂ ਸਪੋਜ਼ ਅਗਰ 5 ਪੀਸ ਲਏ ਨੇ, ਤੁਹਾਡੇ ਘਰ 15,000 ਦਾ ਡਿਸਕਾਊਂਟ ਆਉਂਦਾ, ਤੁਹਾਡੀ ਤਾਂ ਮੌਜ ਲੱਗ ਜਾਣੀ ਹੈ। ਕੋਈ ਤੁਹਾਨੂੰ 200, 500, 700 ਦਾ ਵੀ ਡਿਸਕਾਊਂਟ ਨਹੀਂ ਕਰਦਾ, ਅਸੀਂ ਹਰ ਪੀਸ ਦੇ ਉੱਤੇ ਡਿਸਕਾਊਂਟ ਲਗਾਇਆ ਹੋਇਆ, ਸੇਲ ਲਗਾਏ। ਔਰ ਮੇਰੇ ਸਟੋਰ 'ਤੇ ਐਵੇਂ ਦੀ ਨਵੀਂ ਨਵੀਂ ਵਰਾਇਟੀ ਦੇਖੋ, ਨਵੇਂ ਨਵੇਂ ਕਲੈਕਸ਼ਨ ਦੇ ਦਿਓ, ਸੇਲ ਲੱਗੀ ਹੋਈ ਹੈ, ਸੇਲ ਦਾ ਔਫਰ ਦਾ ਫਾਇਦਾ ਚੱਕ ਲਓ, ਨਵੀਂ ਨਵੀਂ ਡਾਇਰੈਕਸ਼ਨਸ ਦਾ ਔਰ ਨਵੇਂ ਨਵੇਂ ਕਲੈਕਸ਼ਨ ਦਾ।